ਮੈਂ ਜੀ ਨਿਰਮਲ ਸਿੰਘ ਭੜੋ, ਸਾਬਕਾ ਮੈਂਬਰ ਐਜੀਪੀਸੀ, ਜਿਹੜਾ ਇਹ ਨਗਰ ਕੀਰਤਨ ਹਰੇਕ ਸਾਲ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਹੇਠ ਜਾਂਦਾ ਹੈ। ਇਹ ਇੱਥੋਂ ਜੋਤੀ ਸਰੂਪ ਤੋਂ ਜਾ ਕੇ ਦੀਵਾਨ ਟੋਡਰਮੱਲ ਦਾ ਪਿੰਡ ਜਿਹੜਾ ਕਾਕੜਾ ਸੀ, ਉੱਥੇ ਗੁਰਦੁਆਰਾ ਮੰਜੀ ਸਾਹਿਬ ਵੱਲੋਂ ਅਰਖ ਵਿਖੇ ਸਮਾਪਤ ਹੁੰਦਾ ਹੈ। ਇਲਾਕੇ ਦੀਆਂ ਸੰਗਤਾਂ ਬਹੁਤ ਉਤਸ਼ਾਹ ਨਾਲ ਇਸ ਨਗਰ ਕੀਰਤਨ ਵਿੱਚ ਹਾਜ਼ਰੀ ਭਰਦੀਆਂ ਨੇ ਅਤੇ ਪਰਮਾਤਮਾ ਦੇ ਗੁਰੂ ਗ੍ਰੰਥ ਸਾਹਿਬ ਦੇ ਸਤਰ ਛਾਇਆ ਹੇਠ ਇਹ ਰਾਤ ਨੂੰ 10-11 ਵਜੇ ਤੱਕ ਪਹੁੰਚਦਾ, ਕਿਉਂਕਿ ਦੀਵਾਨ ਟੋਡਰਮੱਲ ਨੇ ਸਿਰ ਮਾਤਾ ਗੁਜਰ ਕੌਰ ਜੀ ਦਾ ਅਤੇ ਬਾਬਾ ਜ਼ੋਰਾਵਰ ਸਿੰਘ ਜੀ ਦਾ, ਬਾਬਾ ਫਤਿਹ ਸਿੰਘ ਜੀ ਦਾ ਸੰਸਕਾਰ ਕਰਕੇ ਇੱਥੋਂ ਉਹਨਾਂ ਦੀਆਂ ਅਸਥੀਆਂ ਲਿਜਾ ਕੇ ਉੱਥੇ ਥੜਾ ਸਾਹਿਬ ਦੇ ਨੀਚੇ ਰੱਖੀਆਂ, ਜਿੱਥੇ ਅੱਜ ਗੁਰੂ ਘਰ ਸੋਭਤ ਹੈ। ਇਸ ਕਰਕੇ ਲੋਕਾਂ ਦੀ ਬੜੀ ਸ਼ਰਧਾ ਹੈ, ਹਰ ਸਾਲ ਵੱਡੀ ਗਿਣਤੀ ਦੇ ਵਿੱਚ ਆਪਣੇ ਆਪਣੇ ਸਾਧਨ ਲੈ ਕੇ ਸੰਗਤਾਂ ਗੁਰੂ ਆਪਣੇ ਨਗਰ ਕੀਰਤਨ ਵਿੱਚ ਹਾਜ਼ਰੀ ਭਰਦੀਆਂ ਨੇ ਅਤੇ ਗੁਰੂ ਤੋਂ ਹਰੀ ਜਸ ਪ੍ਰਾਪਤ ਕਰਦੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ, ਧੰਨ ਧੰਨ ਬਾਬਾ ਫਤਿਹ ਸਿੰਘ, ਜਗਤ ਮਾਤਾ ਮਾਤਾ ਗੁਜਰ ਕੌਰ, ਉਹਨਾਂ ਦੇ ਪਵਿੱਤਰ ਪਾਵਨ ਸਥਾਨ ਗੁਰਦੁਆਰਾ ਜੋਤੀ ਸਰੂਪ ਤੋਂ ਜੋ ਇਹ ਮਹਾਨ ਨਗਰ ਕੀਰਤਨ ਦੀਵਾਨ ਟੋਡਰਮੱਲ ਦੀ ਯਾਦ ਵਿੱਚ ਮਹਾਂਪੁਰਖ ਸ਼੍ਰੀ ਮਾਨ ਸੰਤ ਬਾਬਾ ਨਰਾਇਣ ਸਿੰਘ ਜੀ ਮੋਨੀ 2004 ਦੇ ਵਿੱਚ ਉਹਨਾਂ ਨੇ ਇਸ ਨਗਰ ਕੀਰਤਨ ਦੀ ਆਰੰਭਤਾ ਕੀਤੀ ਸੀ। ਤਕਰੀਬਨ 19 ਸਾਲ ਹੋ ਗਏ ਇਸ ਮਹਾਨ ਨਗਰ ਕੀਰਤਨ ਨੂੰ ਚੱਲਦੇ ਨੂੰ। ਸੇ ਅੱਜ ਇੱਥੋਂ ਗੁਰਦੁਆਰਾ ਜੋਤੀ ਸਰੂਪ ਤੋਂ ਆਰੰਭ ਹੋ ਕੇ ਇਹ ਨਗਰ ਕੀਰਤਨ ਗੁਰਦੁਆਰਾ ਆਲੋ ਅਰਖ ਕੇ ਪਹੁੰਚਣਾ ਹੈ। ਸੋ ਬੜਾ ਸ਼ਾਨੋ ਸ਼ੱਕ ਦੇ ਨਾਲ ਸੰਗਤਾਂ ਸਤਿਗੁਰ ਦੇ ਪਵਿੱਤਰ ਪਾਵਨ ਸਰੂਪ ਦੇ ਨਾਲ ਬੜੇ ਪਿਆਰ ਦੇ ਨਾਲ ਜਾ ਰਹੀਆਂ ਨੇ ਸਾਰੀਆਂ ਸੰਗਤਾਂ। ਇੱਥੋਂ ਪਾਣੀ ਸਾਧ ਸੰਗਤ ਜੀ ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਵਾਲੇ ਬਣੋ, ਤਾਂ ਸਾਨੂੰ ਕਾਰਜ ਸਫਲੇ ਕਰੇ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ। ਮੈਂ ਜੀ ਨਿਰਮਲ ਸਿੰਘ ਭੜੋ, ਸਾਬਕਾ ਮੈਂਬਰ ਐਜੀਪੀਸੀ, ਜਿਹੜਾ ਇਹ ਨਗਰ ਕੀਰਤਨ ਹਰੇਕ ਸਾਲ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਹੇਠ ਜਾਂਦਾ ਹੈ। ਇਹ ਇੱਥੋਂ ਜੋਤੀ ਸਰੂਪ ਤੋਂ ਜਾ ਕੇ ਦੀਵਾਨ ਟੋਡਰਮੱਲ ਦਾ ਪਿੰਡ ਜਿਹੜਾ ਕਾਕੜਾ ਸੀ, ਉੱਥੇ ਗੁਰਦੁਆਰਾ ਮੰਜੀ ਸਾਹਿਬ ਵੱਲੋਂ ਅਰਖ ਵਿਖੇ ਸਮਾਪਤ ਹੁੰਦਾ ਹੈ। ਇਲਾਕੇ ਦੀਆਂ ਸੰਗਤਾਂ ਬਹੁਤ ਉਤਸ਼ਾਹ ਨਾਲ ਇਸ ਨਗਰ ਕੀਰਤਨ ਵਿੱਚ ਹਾਜ਼ਰੀ ਭਰਦੀਆਂ ਨੇ ਅਤੇ ਪਰਮਾਤਮਾ ਦੇ ਗੁਰੂ ਗ੍ਰੰਥ ਸਾਹਿਬ ਦੇ ਸਤਰ ਛਾਇਆ ਹੇਠ ਇਹ ਰਾਤ ਨੂੰ 10-11 ਵਜੇ ਤੱਕ ਪਹੁੰਚਦਾ ਹੈ, ਕਿਉਂਕਿ ਦੀਵਾਨ ਟੋਡਰਮੱਲ ਨੇ ਸਿਰ ਮਾਤਾ ਗੁਜਰ ਕੌਰ ਜੀ ਦਾ ਅਤੇ ਬਾਬਾ ਜ਼ੋਰਾਵਰ ਸਿੰਘ ਜੀ ਦਾ, ਬਾਬਾ ਫਤਿਹ ਸਿੰਘ ਜੀ ਦਾ ਸੰਸਕਾਰ ਕਰਕੇ ਇੱਥੋਂ ਉਹਨਾਂ ਦੀਆਂ ਅਸਥੀਆਂ ਲਿਜਾ ਕੇ ਉੱਥੇ ਥੜਾ ਸਾਹਿਬ ਦੇ ਨੀਚੇ ਰੱਖੀਆਂ, ਜਿੱਥੇ ਅੱਜ ਗੁਰੂ ਘਰ ਸੋਭਤ ਹੈ। ਇਸ ਕਰਕੇ ਲੋਕਾਂ ਦੀ ਬੜੀ ਸ਼ਰਧਾ ਹੈ, ਹਰ ਸਾਲ ਵੱਡੀ ਗਿਣਤੀ ਦੇ ਵਿੱਚ ਆਪਣੇ ਆਪਣੇ ਸਾਧਨ ਲੈ ਕੇ ਸੰਗਤਾਂ ਗੁਰੂ ਆਪਣੇ ਨਗਰ ਕੀਰਤਨ ਵਿੱਚ ਹਾਜ਼ਰੀ ਭਰਦੀਆਂ ਨੇ ਅਤੇ ਗੁਰੂ ਤੋਂ ਹਰੀ ਜਸ ਪ੍ਰਾਪਤ ਕਰਦੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ, ਧੰਨ ਧੰਨ ਬਾਬਾ ਫਤਿਹ ਸਿੰਘ, ਜਗਤ ਮਾਤਾ ਮਾਤਾ ਗੁਜਰ ਕੌਰ, ਉਹਨਾਂ ਦੇ ਪਵਿੱਤਰ ਪਾਵਨ ਸਥਾਨ ਗੁਰਦੁਆਰਾ ਜੋਤੀ ਸਰੂਪ ਤੋਂ ਜੋ ਇਹ ਮਹਾਨ ਨਗਰ ਕੀਰਤਨ
ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਮਹਾਂਪੁਰਖ ਸ਼੍ਰੀ ਮਾਨ ਸੰਤ ਬਾਬਾ ਨਾਰਾਇਣ ਸਿੰਘ ਜੀ ਮੋਨੀ 2004 ਦੇ ਵਿੱਚ ਉਹਨਾਂ ਨੇ ਇਸ ਨਗਰ ਕੀਰਤਨ ਦੀ ਆਰੰਭਤਾ ਕੀਤੀ ਸੀ। ਤਕਰੀਬ 19 ਸਾਲ ਹੋ ਗਏ ਇਸ ਮਹਾਨ ਨਗਰ ਕੀਰਤਨ ਨੂੰ ਚੱਲਦਿਆਂ ਨੂੰ। ਸੇ ਅੱਜ ਇੱਥੋਂ ਗੁਰਦੁਆਰਾ ਜੋਤੀ ਸਰੂਪ ਤੋਂ ਆਰੰਭ ਹੋ ਕੇ ਇਹ ਨਗਰ ਕੀਰਤਨ ਗੁਰਦੁਆਰਾ ਆਲੋ ਅਰਖ ਕੇ ਪਹੁੰਚਣਾ ਹੈ। ਸੋ ਬੜਾ ਸ਼ਾਨੋ ਸ਼ੱਕ ਦੇ ਨਾਲ ਸੰਗਤਾਂ ਸਤਿਗੁਰ ਦੇ ਪਵਿੱਤਰ ਪਾਵਨ ਸਰੂਪ ਦੇ ਨਾਲ ਬੜੇ ਪਿਆਰ ਦੇ ਨਾਲ ਜਾ ਰਹੀਆਂ ਨੇ। ਸਾਰੀਆਂ ਸੰਗਤਾਂ ਧੋਪਾਂ ਨੇ, ਸਤਿਸੰਗ ਜੀ ਅਮਰ ਛਕੋ, ਸਿੰਘ ਸਜੋ, ਗੁਰੂ ਵਾਲੇ ਬਣੋ, ਤਾਂਹੀਓ ਸਾਨੂੰ ਕਾਰਜ ਸਫਲੇ ਕਰੇ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ।